ਰਾਣੀ ਅੱਜ ਜਿਹੜੀ ਯਾਤਰਾ ਜਾ ਰਹੀ ਹੈ ਮਾਂ ਕਾਲੀ ਦੇ ਦਰਬਾਰ ਤੇ ਕਿੰਨਵੀਂ ਯਾਤਰਾ ਹੈ ਤੇ ਕਿੰਨੇ ਲੋਕ ਜਿਹੜੇ ਨੇ ਜਾ ਰਹੇ ਆ ਪੈਦਲ ਜਾ ਰਹੇ ਨੇ ਇਹ 6ਵੀਂ ਯਾਤਰਾ ਹੈ ਜਿਹਦੇ 2 ਸਾਲ ਦਾ ਗੈਪ ਪੈ ਗਿਆ ਸੀਗਾ ਹੁਣ ਕਰ 6ਵੀਂ ਯਾਤਰਾ ਚੱਲ ਸ਼ੁਰੂ ਹੋਣ ਲੱਗੀ ਹੈ ਬਾਕੀ ਜਾਣ ਬਾਰੇ ਤਾਂ ਮਾਂ ਮਾਈ ਖੁਦ ਜਾਣਦੀ ਹੈ ਕਿੰਨੇ ਸੰਗਤ ਜਾਊਗੀ ਕਈ ਬੰਦੇ ਹੋਰ ਸਾਡੇ ਪਿੱਛੇ ਹੋਰ ਆ ਵੀ ਆ ਰਹੇ ਨੇ ਜਿਹੜੇ ਥੋੜੇ ਟਾਈਮ ਬਾਅਦ ਆਉਣਗੇ 30 40 ਬੰਦੇ ਅਸੀਂ ਇਸ ਟਾਈਮ ਤੁਰਾਂਗੇ ਜਿਹੜੀ ਯਾਤਰਾ ਕਿੱਥੇ ਕਿੱਥੇ ਜਾ ਕੇ ਰੁਕਦੀ ਹੈ ਫਿਰ ਇਹ ਕਿਵੇਂ ਰਸਤੇ 'ਚ ਕੀ ਕੀ ਇੰਤਜ਼ਾਮ ਨੇ ਸਟੋਪ ਹੀ ਰਸਤੇ 'ਚ ਕਿਤੇ ਖੰਨੇ ਸ਼ਹਿਰ ਦੇ ਬੰਦੇ ਆਣਗੇ ਕੋਈ ਲਿਕਵਿਡ ਵਗੈਰਾ ਦੇ ਜਾਣਗੇ ਬਾਕੀ ਸਰੰਦ ਨਹਿਰ ਦੇ ਉੱਤੇ ਜਿਹੜਾ ਪੰਪ ਹੈ ਉੱਥੇ ਖਾਣੇ ਦਾ ਇੰਤਜ਼ਾਮ ਹੁੰਦਾ ਉਸ ਤੋਂ ਬਾਅਦ 10 10 ਕਿਲੋਮੀਟਰ ਦੇ ਚਾਹ ਮਿਲਦੀ ਹੈ ਤੇ ਜਿਹੜਾ ਥੱਕ ਜਾਂਦਾ ਉਹਦੇ ਵਾਸਤੇ ਕਾਰਾਂ ਹੁੰਦੀਆਂ ਨਾਲ ਉਹ ਕਾਰਾਂ ਵਿੱਚ ਬੈਠ ਕੇ ਰੈਸਟ ਕਰ ਸਕਦਾ ਉਹ ਅੱਗੇ ਜਾ ਕੇ ਜਿਹਦੇ ਅਸੀਂ ਪੁਆਇੰਟ ਬਣਾਏ ਹੋਏ ਨੇ ਉੱਥੇ ਜਾ ਕੇ ਘੰਟਾ ਦੋ ਘੰਟੇ ਆਰਾਮ ਕਰਦੇ ਕਿੰਨੇ ਕੁ ਵਜੇ ਤੁਸੀਂ ਜਿਹੜੀ ਹੈ ਤੁਹਾਡੀ ਯਾਤਰਾ ਪਹੁੰਚ ਜਾਂਦੀ ਹੈ ਸਵੇਰੇ ਤਕਰੀਬਨ ਸਵੇਰੇ 7 ਵਜੇ ਉੱਥੇ ਪਹੁੰਚ ਕੇ ਫਿਰ ਮਾਂ ਮਾਈ ਨਹਾ ਧੋ ਕੇ ਤੇ ਕੜਾ ਪ੍ਰਸ਼ਾਦ ਦੀ ਤਿਆਰੀ ਕਰਾ ਕੇ ਫਿਰ ਮਾਂ ਮਾਈ ਦੇ ਪ੍ਰਸ਼ਾਦ ਚੜਾ ਕੇ ਫਿਰ ਉਸ ਤੋਂ ਬਾਅਦ ਮੱਥਾ ਟੇਕ ਕੇ ਫਿਰ ਆਪਸੇ ਬਾਬਾ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਅੱਜ ਸ਼੍ਰੀ ਸ਼ਿਵ ਕਾਵੜ ਸੇਵਾ ਸੰਘ ਵੱਲੋਂ ਹਰ ਸਾਲ ਯਾਤਰਾ ਜਾਂਦੀ ਹੈ ਮਾਤਾ ਦੇ ਦਰਬਾਰ ਤੇ ਜਾ ਰਹੀ ਹੈ ਝੰਡਾ ਦੇ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਮਾਤਾ ਨੇ ਬੁਲਾਇਆ ਔਰ ਸਾਰੇ ਭਗਤ ਖੁਸ਼ੀ ਹੋ ਕੇ ਮਾਤਾ ਦੇ ਦਰਬਾਰ ਪਟਿਆਲਾ ਵਿੱਚ ਜਾ ਰਹੇ ਹੈ ਜੋ ਮਾਂ ਸਾਰੇ ਸ਼ਹਿਰ ਨੂੰ ਬੁਲਾਵੇ ਸਾਡੇ ਬਰਾਨੀ ਸਾਹਿਬ ਜੋ ਹਮੇਸ਼ਾ ਹੀ ਉਪਰਾਲੇ ਕਰਦੇ ਰਹਿੰਦੇ ਨੇ ਧਾਰਮਿਕ ਕੰਮਾਂ ਦੇ ਔਰ ਸ਼ਹਿਰ ਦੇ ਵਿੱਚ ਹੋਰ ਵੀ ਕਈ ਹਰੇਕ ਕੰਮ ਦੇ ਸਭ ਤੋਂ ਅੱਗੇ ਰਹਿੰਦੇ ਨੇ ਹਮੇਸ਼ਾ ਮਾਂ ਕਾਲੀ ਸ਼ਕਤੀ ਇਹਨਾਂ ਤੇ ਆਸ਼ੀਰਵਾਦ ਬਣਾਵੇ ਸਾਰੀ ਸੰਗਤਾਂ ਦੇ ਆਸ਼ੀਰਵਾਦ ਬਣਾਵੇ ਇਹੋ ਜਿਹੇ ਕੰਮ ਕਰਦੇ ਰਹਿਣ ਲੋ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਅੱਜ ਸ਼੍ਰੀ ਸ਼ਿਵ ਕਾਵੜ ਸੇਵਾ ਸੰਘ ਵੱਲੋਂ ਟੀਮ ਜਿਹੜੀ ਹੈ ਮਾਂ ਕਾਲੀ ਦੇ ਦਰਬਾਰ ਤੇ ਜਾ ਰਹੀ ਹੈ ਤੇ ਤੁਸੀਂ ਵੀ ਉਰੇ ਪਹੁੰਚੇ ਹੋਏ ਹੋ ਸ਼੍ਰੀ ਕਾਵੜ ਯਾਤਰਾ ਜਿਹੜੀ ਹੈ ਇਹ ਹਰ ਸਾਲ ਕਰਦੇ ਆ ਤੇ ਸਿੰਘੀ ਸਾਹਿਬ ਬਰਾਨੀ ਸਾਹਿਬ ਅਤੇ ਜਿੰਨੀਆਂ ਮਹਾਨ ਸ਼ਖਸੀਅਤਾਂ ਇੱਥੇ ਖੜੀਆਂ ਨੇ ਸਾਰੀਆਂ ਇਹ ਇੱਕ ਜਿਹੜਾ ਸਾਡਾ ਖੰਨਾ ਸ਼ਹਿਰ ਆ ਇੱਕ ਗੁਲਦਸਤਾ ਸਾਰੇ ਧਰਮ ਕਿਸੇ ਨੂੰ ਕੋਈ ਇੱਥੇ ਧਰਮ ਜਾਂ ਕਿਸੇ ਜਾਤ ਪਾਤ ਦਾ ਕੋਈ ਨਹੀਂ ਹੈਗਾ ਇਸ ਕਰਕੇ ਇਹਨਾਂ ਨੂੰ ਪ੍ਰਮਾਤਮਾ ਵੱਲੋਂ ਮਹਾਮਾਈ ਦੀ ਕਿਰਪਾ ਹੋਈ ਹੋਈ ਹੈ ਇਹਨਾਂ 'ਤੇ ਕਾਵੜ ਦਾ ਵੀ ਹਰ ਧਰਮ ਕੋਈ ਵੀ ਹੋਵੇ ਗੁਰੂ ਸਾਹਿਬ ਦੀ ਯਾਤਰਾ ਲੰਘਣੀ ਹੋਵੇ ਕੁਛ ਹੋਰ ਲੰਘਣਾ ਹੋਵੇ ਸਭ ਤੋਂ ਵੱਡੀ ਇਹਨਾਂ ਦੀ ਜਿਹੜੀ ਸੇਵਾ ਲੰਗਰ ਦੀ ਹੈ 10 ਰੁਪਏ ਥਾਲੀ ਜਿਹੜੀ ਚੱਲਦੀ ਹੈ ਸਾਡੇ ਖੰਨੇ 'ਚ ਗਰੀਬਾਂ ਦਾ ਢਿੱਡ ਭਰਦੀ ਆ ਸੀਸਾਂ ਦਿੰਦੇ ਆ ਪਰਮਾਤਮਾ ਇਹ ਨਹੀਂ ਤਾਂ ਲੋਕਾਂ ਦੇ ਜੇ ਪਰਮਾਤਮਾ ਉਹਨਾਂ ਕੋਲ ਬਹੁਤ ਕੁਛ ਆ ਦਿੱਤਾ ਲੋਕਾਂ ਨੂੰ ਖੰਨੇ ਦੇ ਸ਼ਹਿਰ ਦੇ ਨੂੰ ਪਰ ਕਈਆਂ ਦੇ ਅੰਦਰੋਂ ਜਿਹੜਾ ਆਵਾਜ਼ ਨਹੀਂ ਉੱਠਦੀ ਵੀ ਅਸੀਂ ਸੇਵਾ ਵੀ ਕਰ ਸਕੀਏ ਪੈਦਲ ਯਾਤਰਾ ਕਰਨੀ ਹੈ ਔਰ ਦੇਖੋ ਇਹਨਾਂ ਦੀ ਉਮਰ ਦੇ ਹਿਸਾਬ ਨਾਲ ਮਤਲਬ ਸਟਰੋਂਗ ਨੇ ਬਹੁਤ ਜ਼ਿਆਦਾ ਅਸੀਂ ਤਾਂ ਸੱਚੇ ਪਾਤਸ਼ਾਹ ਮੂਹਰੇ ਕਾਲੀ ਮਾਤਾ ਸਾਰੀਆਂ ਦੇਵੀ ਦੇਵਤਿਆਂ ਮੂਹਰੇ ਧਿਆਨ ਧਰ ਕੇ ਇਹੀ ਗੱਲ ਕਹਿੰਦੇ ਹਾਂ ਕਿ ਇਹਨਾਂ ਨੂੰ ਤੰਦਰੁਸਤੀ ਸਾਰੇ ਗਰੁੱਪ ਨੂੰ ਜਿੰਨਾ ਵੀ ਇੱਥੇ ਖੜਾ ਸਾਰੇ ਸੂਝਵਾਨ ਨੇ ਸ਼ਲਾਘਾਯੋਗ ਨੇ ਸਾਰੇ ਇਹ ਇਸ ਜਿਹੜਾ ਯਾਤਰਾ ਇਹਨੂੰ ਨੇਪਰੇ ਚੜ੍ਹਾ ਕੇ ਸਵੇਰੇ ਪ੍ਰਸ਼ਾਦ ਜੋ ਵੀ ਇਹਨਾਂ ਦੀ ਹੈਗੀ ਹੈ ਮਨੋਕਾਮਨਾ ਉਹ ਖੰਨੇ ਦੀ ਅਰਦਾਸ ਕਰਨਗੇ ਅਤੇ ਇਸ ਕਰਕੇ ਅਸੀਂ ਕਹਿੰਦੇ ਅਸੀਂ ਤੰਦਰੁਸਤ ਰਵਾਂਗੇ ਅਸੀਂ ਵੀ ਇਹਨਾਂ ਦੇ ਨਾਲ ਜਿੰਨੀ ਕੁ ਯੋਗੇ ਹਾਂ ਯੋਗਦਾਨ ਪਾਉਣ ਦੇ ਵਿੱਚ ਹਾਜ਼ਰ ਹਾਂ ਜੈ ਸ਼੍ਰੀ ਰਾਮ ਜੀ ਮੈਂ ਲਲੀ ਸ਼ਰਮਾ ਸ਼ਿਵ ਕਾਵੜ ਸੇਵਾ ਸੰਘ ਦਾ ਸੇਵਾਦਾਰ ਅਤੇ ਸਾਡੇ ਹੰਸ ਰਾਜ ਬਰਾਨੀ ਜੀ ਇਹਨਾਂ ਦੀ ਰੱਖਿਆ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਕਾਲੀ ਦੇ ਯਾਤਰਾ ਪੈਦਲ ਯਾਤਰਾ ਅਸੀਂ ਇੱਥੋਂ ਜਾ ਰਹੇ ਹਾਂ ਜਿਹਦੀ ਕਿ 50-60 ਬੰਦਿਆਂ ਦੀ ਗਿਣਤੀ ਹੈ ਰਸਤੇ ਦੇ ਵਿੱਚ ਇਹ ਸੰਖਿਆ ਹੋਰ ਵੀ ਵੱਧ ਸਕਦੀ ਹੈ ਅਤੇ ਹਰ ਸਾਲ ਇਹ ਬਰਾਨੀ ਜੀ ਦੀ ਦੀਕਸ਼ਾ ਦੇ ਵਿੱਚ ਇਹ ਸਾਰਾ ਕਾਰਿਆਲ ਚੱਲਦਾ ਹੈ ਅਸੀਂ ਬਰਾਨੀ ਜੀ ਦੇ ਬਹੁਤ ਹੀ ਧੰਨਵਾਦ ਹਾਂ ਕਿ ਸ਼ਹਿਰ ਦੇ ਵਿੱਚ ਜਿੰਨੇ ਵੀ ਧਾਰਮਿਕ ਸਮਾਗਮ ਨੇ ਉਹ ਸਭ ਇਹਨਾਂ ਦੀ ਦੀਕਸ਼ਾ 'ਤੇ ਚੱਲਦੇ ਨੇ ਜੈ ਸ਼੍ਰੀ ਰਾਮ ਜੈ ਮਾਤਾ ਦੀ।